ਸਿਆਲਾ ਗਾ ਜੀ ਫੋਰਡ 3600 ਇਹ ਓਰਿਜਨਲ ਜੀ ਸਾਰਾ? ਹਾਂਜੀ ਵੀਰ ਜੀ, ਸਾਰਾ ਟਰੈਕਟਰ ਓਰਿਜਨਲ ਆ ਜੀ, ਜਿਹੜੀ ਮਰਗਾਟ ਤੋਂ ਲੈ ਕੇ ਸਭ ਨਾਲ ਲਾਇਆ ਜੀ। ਹਾਂਜੀ ਹਾਂ, ਨਹੀਂ ਮਰਗਾਟ ਇਹਨੂੰ ਵੀਰ ਜੀ ਦੁਬਾਰਾ ਲੱਗੇ ਹੋਏ ਨੇ, ਮਰਗਾਟ ਲੱਗੇ ਹੋਏ ਸਾਰੇ ਜੀ, ਪਰ ਮਤਲਬ ਇਹ ਵੀ ਜਿਵੇਂ ਮੂਹਰਲਾ ਜਿਹੜਾ ਰੰਗ ਆ ਜਾਂ ਬਾਡੀ ਦਾ ਕਿਤੇ ਵੀ ਪੇਂਟ ਨਹੀਂ ਹੋਇਆ ਹੈ, ਓਰਿਜਨਲ ਸਾਰਾ ਨਿਕਲਦਾ ਰੰਗ। ਹਾਂਜੀ ਤੇ ਪਹਿਲਾਂ ਰੇਟ ਆ 650 650 ਹਾਂਜੀ। ਇਹ ਕਿੰਨਾ ਮਤਲਬ ਮਾਡਲ ਆ ਜੀ? ਇਹ ਵੀਰ ਜੀ 2020 ਮਾਡਲ ਟਰੈਕਟਰ ਆ, 20 ਮਾਡਲ ਟਰੈਕਟਰ। ਹਾਂਜੀ, 17-1800 ਘੰਟੇ ਚੱਲਿਆ ਹੋਣਾ ਜੀ। ਠੀਕ ਹੈ ਜੀ। ਹਾਂਜੀ ਦੇਖ ਲੋ ਵੀਰ ਜੀ, 0 ਮੀਟਰ ਹੈ ਟਰੈਕਟਰ, 0 ਮੀਟਰ ਜੀ। ਹਾਂਜੀ ਠੀਕ ਹੈ ਜੀ। ਤੇ ਮਾਡਲ ਕਿੰਨਾ ਜੀ ਇਹ ਮਾਡਲ? ਵੀਰ ਜੀ ਇਹ 21 ਹੈ, 3 ਸਪੀਡ ਦੇ ਵਿੱਚ, ਹਾਈ ਲੋ ਮੀਡੀਅਮ। 2021 ਮਾਡਲ 21 ਆ ਟਰੈਕਟਰ, ਹੈਗਾ 0 ਮੀਟਰ ਆ, ਤੁਸੀਂ ਚਾਹੇ ਮੀਟਰ 'ਤੇ ਦੇਖ ਸਕਦੇ ਹੋ। ਬਾਕੀ ਕਿੰਨੇ ਟਰੈਕਟਰ ਦੇਣੇ ਜੀ ਆਪਾਂ ਨੇ? ਇਹ ਵੀ ਜੀ ਆਪਾਂ 6,80,000 ਰੁਪਏ ਦਾ ਟਰੈਕਟਰ ਜਿਹੜਾ ਉਹ ਦੇ ਦੇਵਾਂ। 6,80,000 ਦੇਣਾ ਜੀ, ਇਹ 9 ਬੰਦੇ ਦੇ ਹੋਊਗਾ ਯਾਰ ਜੀ? ਉਸਤਾ ਬਿਲਕੁਲ ਜੀ ਬਿਲਕੁਲ, ਸਾਰਾ ਕੁਛ ਇਹਦਾ ਮਿਲੂਗਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਜਨਮਦਿਨ ਦੇ ਵਿੱਚ। ਪਿਆਰੇ ਵੀਰੋ, ਆਪਾਂ ਇੱਕ ਵਾਰ ਫਿਰ ਤੋਂ ਅੱਜ ਪਹੁੰਚੇ ਹਾਂ ਨਾਭੇ ਫਰੀਦਰ ਟਰੈਕਟਰ ਦੀ ਏਜੰਸੀ ਦੇ ਵਿੱਚ। ਜਿਹੜਾ ਤੁਹਾਨੂੰ ਪਹਿਲੀ ਵੀਡੀਓ ਨੂੰ ਵੀ ਕਾਫੀ ਬਹੁਤ ਪਿਆਰ ਦਿੱਤਾ ਤਾ, ਬਾਕੀ ਉਹਨਾਂ ਨੂੰ ਬਾਈ ਜੀ ਨੇ ਜਿਹੜੇ ਐਤਕੀ ਨਵਾਂ ਸਟਾਕ ਬਾਈ ਜੀ ਕੋਲ ਆਇਆ ਹੈ, ਬਾਈ ਜੀ ਆਪਾਂ ਸਾਰੀ ਜਾਣਕਾਰੀ ਦੇਣਗੇ ਰੇਟ ਮਾਡਲ ਅਤੇ ਕੰਡੀਸ਼ਨ ਦੀ। ਬਾਈ ਸਾਹਿਬ ਦਾ ਸਵਾਗਤ ਆ ਤੁਹਾਡੇ ਚੈਨਲ 'ਤੇ। ਬਹੁਤ ਬਹੁਤ ਸਵਾਗਤ ਆ ਤੁਹਾਡਾ ਵੀ ਜੀ। ਪਹਿਲਾਂ ਜੀ ਆਪਣੇ ਏਜੰਸੀ ਦੀ ਲੋਕੇਸ਼ਨ ਅਤੇ ਆਪਣੇ ਕੰਟੈਕਟ ਨੰਬਰ ਬੋਲ ਦਾਂ ਜੀ। ਜੇ ਆਪਾਂ ਲੋਕੇਸ਼ਨ ਪਹਿਲਾਂ ਵੀ ਵੀਰ ਜੀ ਤੁਹਾਨੂੰ ਦੱਸੀ ਸੀ ਨਾ, ਆਪਣਾ ਨਾਭਾ ਪਟਿਆਲਾ ਰੋਡ ਦੇ ਉੱਪਰ ਹੈ ਰੱਖੜਾ, ਉਹ ਉੱਥੇ ਆਪਣੀ ਏਜੰਸੀ ਹੈ। ਠੀਕ ਹੈ ਜੀ। ਹਾਂਜੀ, ਅਤੇ ਆਪਣਾ ਸੁਭ ਨਾਮ ਕੀ ਹੈ ਜੀ? ਮੇਰਾ ਨਾਮ ਬੇਅੰਤ ਸਿੰਘ ਹੈ ਜੀ। ਠੀਕ ਹੈ ਜੀ। ਹਾਂਜੀ, ਕਿੰਨੇ ਟਰੈਕਟਰ ਨੇ ਅੱਜ ਆਪਣੇ ਕੋਲ ਸੇਲ ਵਾਲੇ ਜੀ? ਵੀਰ ਜੀ ਜਿਹੜੇ ਪੁਰਾਣੇ ਆਪਣੇ ਵਿੱਚ ਕੱਟੇ ਹੋਏ ਟਰੈਕਟਰ ਲਾ ਲਓ, ਜਾਂ ਜਿਵੇਂ ਆਪਣੇ ਕੋਲ ਅੱਜ 4 ਹੋਰ ਹੈਗੇ ਨੇ ਸਟਾਕ ਦੇ ਵਿੱਚ ਨਵੇਂ ਟਰੈਕਟਰ, ਜਿਹਨੇ ਆਪਾਂ ਗੱਲ ਕਰਨੀ ਹੈ ਜੀ। ਠੀਕ ਹੈ ਜੀ। ਹਾਂਜੀ, ਅਤੇ ਪਹਿਲਾਂ ਟਰੈਕਟਰ ਉਹਨਾਂ ਕੋਲ 60-55 60-55 ਹਾਂਜੀ। ਇਹ ਕਿੰਨਾ ਮਾਡਲ ਆ ਜੀ? ਇਹ ਵੀਰ ਜੀ 2020 ਮਾਡਲ ਟਰੈਕਟਰ ਆ, 20 ਮਾਡਲ ਟਰੈਕਟਰ। ਹਾਂਜੀ, ਅਤੇ ਕਿੰਨੇ ਕੁ ਘੰਟੇ ਚੱਲਿਆ ਪਤਾ ਜੀ? ਵੀਰ ਜੀ ਲਗਭਗ ਚੱਲਿਆ ਹੋਊਗਾ, ਮੰਨ ਕੇ ਚਲੋ ਤੁਸੀਂ ਵੀ 17-1800 ਘੰਟੇ ਚੱਲਿਆ ਹੋਣਾ ਜੀ। ਠੀਕ ਹੈ ਠੀਕ। ਹਾਂਜੀ, ਬਾਕੀ ਟਾਇਰ ਤਾਂ ਮਤਲਬ ਪਿਛਲੇ ਟਾਇਰ ਤਾਂ ਨਵੇਂ ਵਰਗੇ ਪਏ ਨੇ ਜੀ? ਹਾਂਜੀ ਹਾਂ, ਸੋਹਣੀ ਕੰਡੀਸ਼ਨ ਪਈ ਆ ਟਾਇਰਾਂ ਦੀ। ਹਾਂਜੀ, ਲਗਭਗ 95% ਹੈਗੇ ਨੇ, ਮੁੱਢੇ ਪਏ ਨੇ 60% ਟਾਇਰ। ਹਾਂਜੀ, ਅਤੇ ਕਿੰਨੀ ਕੁ ਡਿਮਾਂਡ ਹੋ ਰਹੀ ਜੀ ਇਹਦੀ, ਅਤੇ ਨੰਬਰ ਕਿੱਥੋਂ ਦਾ? ਇਹਦਾ ਵੀਰ ਜੀ ਨੰਬਰ ਵੈਸਟ ਬੰਗਾਲ ਦਾ, ਵੈਸਟ ਬੰਗਾਲ ਦਾ। ਹਾਂਜੀ, ਇਹਦੀ ਤੁਹਾਨੂੰ NOC ਮਿਲੂਗੀ, RTO ਵਾਲੀ ਵੀ, ਅਤੇ ਬੈਂਕ ਵੱਲੋਂ ਜਿਹੜੀ NOC ਆਉਂਦੀ ਆ ਉਹ ਵੀ। ਠੀਕ, ਯਾਨੀ ਕਿ ਉੱਥੋਂ ਟ੍ਰਾਂਸਫਰ ਹੋ ਕੇ ਇੱਥੇ ਆਪਾਂ ਇਹਨੂੰ ਪੰਜਾਬ ਨੰਬਰ ਕਰਵਾ ਸਕਦੇ ਹਾਂ, ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਆਪਾਂ ਨੇ ਨੰਬਰ ਲੈਣਾ ਆ। ਠੀਕ ਹੈ ਠੀਕ ਹੈ ਜੀ। ਹਾਂਜੀ, ਅਤੇ ਕਿੰਨੇ ਦਾ ਬਣ ਜੂਗਾ ਜੀ ਇਹ? ਇਹ ਵੀਰ ਜੀ 5.5 ਲੱਖ ਰੁਪਏ ਦਾ ਟਰੈਕਟਰ ਆ। 5.5 ਲੱਖ ਦਾ? ਹਾਂਜੀ। ਇਹਦੀ ਡਿਮਾਂਡ ਆ ਮਤਲਬ ਬਣ ਜੂਗਾ ਜੀ? ਦੇਖੋ ਤੁਸੀਂ ਪਹਿਲਾਂ ਵੀ ਆਪਣੇ ਕੋਲ ਆਏ ਹੋ ਹੈ ਨਾ, ਮੈਨੂੰ ਇਹ ਆ ਵੀ ਆਪਾਂ 2 ਦੀ ਪੁਆਇੰਟ ਗੱਲ ਕਰੀਏ ਤਾਂ ਵਧੀਆ, ਮੈਂ ਹੁਣ ਰੇਟ ਉਹੀ ਬੋਲ ਰਿਹਾ ਜੋ ਆਪਾਂ ਨੇ ਹੁਣ ਸੇਲ ਕਰਨਾ ਹੈ। ਠੀਕ ਹੈ ਠੀਕ। ਹਾਂਜੀ, ਮੈਂ ਵੀ ਦੱਸਿਆ ਜਾਏ ਨਾ ਫਿਰ ਬਾਅਦ ਦੇ ਵਿੱਚੋਂ ਕਾਂ। ਹਾਂ ਹਾਂ ਨਾ, ਬਿਲਕੁਲ ਜੀ ਬਿਲਕੁਲ, ਠੀਕ ਹੈ ਗੱਲ ਹੈ। ਤੇ ਕਿਹਾ ਬ੍ਰੀਜ ਖੜਾ ਇਹਦੇ, ਇਹ ਨਵਾਂ ਲਾਂਚ ਹੋਇਆ 42 HP ਦੇ ਵਿੱਚ, ਤੇ ਆਪਾਂ ਇਹਦੀ ਅਲੱਗ ਤੋਂ ਰਿਵਿਊ ਦੇ ਆਪਣੇ ਚੈਨਲ ਤੇ ਆਊਗਾ, ਅੱਡੀ ਕੱਡੀ ਚੈਨਲ ਵਿੱਚ ਆਪਾਂ ਦਵਾਂਗੇ ਵੀ ਕਿ ਇਹਦੇ ਫੀਚਰ ਨੇ ਕਿੰਨੇ ਇੰਜਣ ਆ ਤੇ ਕਿੰਨੇ CC ਦਾ, ਸਾਰਾ ਕੁਝ ਦੱਸਾਂਗੇ। ਬਾਕੀ ਤੇ ਇਹ 0 ਮੀਟਰ ਜੀ? ਹਾਂਜੀ ਵੀਰ ਜੀ, ਇਹ 0 ਮੀਟਰ ਹੈ। 0 ਮੀਟਰ ਜੀ ਇਹ। ਤੇ ਮਾਡਲ ਕਿੰਨਾ ਜੀ ਇਹ? ਮਾਡਲ ਵੀਰ ਜੀ ਇਹ 21 ਹੈ। ਇਹ ਕਿੰਨੇ HP ਦਾ ਹੋਊਗਾ ਪਤਾ ਜੀ? ਇਹ ਵੀਰ ਜੀ ਮੇਰੇ ਖਿਆਲ 24 HP ਦਾ।
24 HP ਦਾ, ਹਾਂਜੀ, ਤੇ 4x4 ਦੇ ਵਿੱਚ ਹੈ ਨਾ ਜੀ? 4x4 ਦੇ ਵਿੱਚ ਹੈ ਜੀ। 4x4 ਦੇ ਵਿੱਚ ਆਪਣਾ 3 ਸਪੀਡ ਦੇ ਵਿੱਚ ਹੈ ਨਾ ਜੀ? ਹਾਂਜੀ ਹਾਂ, 3 ਸਪੀਡ ਵਿੱਚ ਹੈ ਜੀ। ਤੇ ਤੁਹਾਡੀਆਂ ਜਿਹੜੀਆਂ PTA ਦਾ ਸਪੀਡਾਂ ਵੀ ਦੋ ਆਉਂਦੀਆਂ ਨੇ, 540 ਤੇ 980 ਹੈ ਨਾ ਜੀ? ਹਾਂਜੀ। ਬਾਕੀ ਕਿੰਨੀ ਕੁ ਡਿਮਾਂਡ ਹੈ ਜੀ ਇਹਦੀ, ਕਿੱਥੇ ਤੱਕ ਬਣ ਜੂਗਾ ਇਹ? ਵੀਰ ਜੀ, ਆਪਾਂ 4 ਲੱਖ ਰੁਪਏ ਦਾ ਟਰੈਕਟਰ ਦੇ ਦੇਵਾਂਗੇ। 4 ਲੱਖ ਦਾ ਦੇ ਦਾਂਗੇ? ਹਾਂਜੀ, ਠੀਕ ਹੈ, ਠੀਕ ਹੈ ਜੀ। ਤੇ ਇਹ ਨਾ ਸ਼ੂਗਰ ਕੇਨ ਸਪੈਸ਼ਲ ਆ ਟਰੈਕਟਰ, ਗੰਨੇ ਵਾਸਤੇ ਜ਼ਿਆਦਾ ਸੀਲਣ ਨੂੰ ਵਰਤਿਆ ਜਾਂਦਾ ਆ, ਮੈਂ ਗੰਨੇ ਦੀ ਕਟਾਈ ਕੁਟਾਈ ਕਰਨ ਵਾਸਤੇ। ਹਾਂਜੀ ਹਾਂ ਹਾਂ, ਠੀਕ ਹੈ। ਜਿਹੜਾ ਉਹ ਦੂਰੀ ਤੇ ਗੰਨਾ ਲੱਗਦਾ ਨਾ ਥੋੜਾ ਜਿਹਾ, ਹਾਂਜੀ ਹਾਂਜੀ, ਉਹਦੇ ਵਿੱਚ ਰੋਟਾਵੇਟਰ ਫੇਰਦੇ ਨੇ, ਇਹ ਉਹਦੇ ਜ਼ਿਆਦਾ ਵਰਤੋਂ ਚ ਆਉਂਦਾ ਆ। ਹਾਂਜੀ, ਬਾਕੀ ਇਹ ਵੀ ਬਾਗਾਂ ਬੂਗਾਂ ਦੇ ਵਿੱਚ ਜਾਂ ਹੋਰ ਛੋਟੇ ਕੰਮਾਂ ਨੂੰ ਚੱਲ ਲੈਂਦਾ ਜੀ। ਠੀਕ ਹੈ, ਠੀਕ ਹੈ। ਹਾਂ ਜੀ, ਤੇ ਅਗਲਾ ਆ ਗਿਆ ਜੀ ਇੱਧਰ, ਆਹ ਸੋਨਾਲਿਕਾ। ਇਹ ਸੋਨਾਲਿਕਾ ਵੀਰ ਜੀ, ਇਹ 16 ਮਾਡਲ ਟਰੈਕਟਰ ਹੈ। 16 ਮਾਡਲ ਜੀ? ਹਾਂਜੀ, ਠੀਕ ਹੈ ਜੀ। ਇਹਦਾ ਜਿਹੜਾ ਨੰਬਰ ਹੈ ਇਹ ਵੈਸਟ ਬੰਗਾਲ ਦਾ ਆ, 750 ਜੀ ਇਹ। ਇਹ ਹਾਂਜੀ ਵੀਰ ਜੀ, ਇਹ ਨਾ ਜਿਹੜਾ ਟਰੈਕਟਰ ਆ ਇਹ 60 ਹੈ, ਜਿਹੜਾ ਮਿੰਨੀ 60 ਆਉਂਦਾ ਸੀ ਤਿੰਨ ਸਿਲੰਡਰ, ਠੀਕ ਹੈ, ਉਹ ਹੈ ਜੀ ਇਹ ਮਾਈਲੇਜ ਮਾਸਟਰ ਕਹਿੰਦੇ ਆਪਾਂ, 50000 ਕੈਟਾਗਰੀ ਉੱਪਰ ਲਿਖੀ ਹੋਈ। ਹਾਂ, 55 HP ਕੈਟਾਗਰੀ ਵਿੱਚ ਆ ਰਿਹਾ ਟਰੈਕਟਰ ਜੀ। ਹਾਂਜੀ, ਤੇ ਕਿੰਨਾ ਮਾਡਲ ਦੱਸਿਆ ਜੀ ਆਪਣੇ? 16 ਮਾਡਲ ਆ ਵੀਰ ਜੀ ਇਹ। 16 ਮਾਡਲ ਆ, ਇਹ ਨੰਬਰ ਕਿੱਥੋਂ ਦਾ ਜੀ? ਇਹਦਾ ਵੈਸਟ ਬੰਗਾਲ ਦਾ ਨੰਬਰ ਆ, ਇਹ ਵੈਸਟ ਬੰਗਾਲ ਦਾ ਜੀ। ਹਾਂ, ਤੁਹਾਨੂੰ ਬੈਂਕ ਦੀ NOC ਇਹਦੀ ਮਿਲ ਜੂ, ਪਰ RTO ਵਾਲੀ NOC ਆ ਜਿਹੜੀ ਉਹ ਨਹੀਂ ਮਿਲਣੀ ਹੈਗੀ, ਇਹ ਨੰਬਰ ਉਧਰਲੇ ਹੀ ਚੱਲੂਗਾ ਇੱਥੇ। ਠੀਕ ਹੈ, ਠੀਕ ਹੈ। ਹਾਂਜੀ, ਬਾਕੀ ਕਿੰਨੇ ਦਾ ਦੇਣਾ ਜੀ ਆਪਣੇ? ਇਹ ਤਕਰੀਬਨ 3.25 ਲੱਖ ਰੁਪਏ ਦਾ ਆਪਾਂ ਦੇਣਾ ਜੀ। 3.25 ਲੱਖ ਦਾ ਟਰੈਕਟਰ ਬਣ ਜਾ। ਹਾਂਜੀ ਹਾਂ, ਠੀਕ ਹੈ, ਠੀਕ ਹੈ। ਹਾਂਜੀ, ਬਾਕੀ ਟਾਇਰ ਟੂਰ ਦਿਖਾ ਦਿਓ ਕਦੇ, ਟਾਇਰ ਵੀ ਇਹਦੇ। ਹਾਂਜੀ, ਜਿਹੜੇ ਵਧੀਆ ਚੱਲਣ, ਪਿਛਲੇ ਹੈਗੇ ਲਗਭਗ 60%, ਤੇ ਮੁੱਢਲੇ ਵੀ ਸੇਮ ਨੇ, ਜਿਹੜੇ ਨਹੀਂ ਹੈਗੇ ਵੀ ਜਾ ਕੇ ਟਾਇਰ ਪਾਉਣ ਦੀ ਕੋਈ ਲੋੜ ਐਡੀ। ਬਾਕੀ ਅਗਲਾ ਟਰੈਕਟਰ ਕਿਹੜਾ ਜੀ ਆਪਣਾ? ਅੰਦਰ ਆ ਜਾਓ ਜੀ, ਅੰਦਰ ਖੜੇ ਨੇ। ਤੇ ਅਗਲਾ ਹੈਗਾ ਜੀ ਫੋਰਡ 3600, ਇਹ ਓਰਿਜਨਲ ਆ ਜੀ ਸਾਰਾ? ਹਾਂਜੀ ਵੀਰ ਜੀ, ਸਾਰਾ ਟਰੈਕਟਰ ਓਰਿਜਨਲ ਆ ਜੀ, ਜਿਹੜੀ ਮਰਗਾਟਾ ਤੋਂ ਲੈ ਕੇ ਸਭ ਨਾਲ ਲਾਇਆ ਜੀ। ਹਾਂਜੀ ਹਾਂ, ਨਹੀਂ ਮਗਰਾਟ ਇਹਨੂੰ ਵੀਰ ਜੀ ਦੁਬਾਰਾ ਲੱਗੇ ਹੋਏ ਨੇ, ਮਗਰਾਟ ਲੱਗੇ ਹੋਏ ਸਾਰੇ ਆ ਜੀ, ਪਰ ਮਤਲਬ ਇਹ ਵੀ ਜਿਵੇਂ ਮੂਹਰਲਾ ਜਿਹੜਾ ਰੰਗ ਆ ਜਾਂ ਬਾਡੀ ਦਾ, ਕਿਤੇ ਵੀ ਪੇਂਟ ਨਹੀਂ ਹੋਇਆ ਹੈ, ਓਰਿਜਨਲ ਸਾਰਾ ਓਰਿਜਨਲ ਰੰਗ। ਹਾਂਜੀ, ਠੀਕ ਹੈ, ਠੀਕ ਹੈ ਜੀ। ਇੰਜੀਨੀਅਰ ਕਿਹਾ ਵੀਰ ਜੀ ਇਹ ਫਸਟ ਪਾਰਟੀ ਦੇ ਟਰੈਕਟਰ ਆ, ਠੀਕ ਹੈ, ਪਟਿਆਲੇ ਦੇ ਹੀ ਨਿਕਲਿਆ ਹੋਇਆ ਆ, ਪਟਿਆਲੇ ਦੇ ਬੰਦੇ ਤੋਂ ਉਸੇ ਤੋਂ ਹੀ ਆਪਾਂ ਨੇ ਲਿਆ। ਠੀਕ ਹੈ, ਤੇ ਮਾਡਲ ਕਿੰਨਾ ਜੀ ਇਹ? ਮਾਡਲ ਵੀਰ ਜੀ ਇਹ 94 94 ਮਾਡਲ ਆ। ਹਾਂਜੀ, ਤੇ ਕਾਪੀ ਕਾਗਜ਼ ਵਗੈਰਾ ਬਿਲਕੁਲ ਓਕੇ ਨੇ ਜੀ ਇਹਦੇ? ਹਾਂਜੀ ਵੀਰ ਜੀ, ਬਿਲਕੁਲ ਬਿਲਕੁਲ, ਇਹ ਤਾਂ ਹੈ ਹੀ ਪਟਿਆਲਾ ਨੰਬਰ ਆ। ਹਾਂਜੀ 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 ਹਾਂ, ਕਾਪੀ ਕਾਗਜ਼ ਮਾਇਰ ਕਈ ਗੜਾ ਵੀ ਕਾਫੀ ਪੁਰਾਣਾ ਟਾਈਮ ਹੋ ਗਿਆ। ਉਹ ਗੱਲ ਇਹ ਆ ਵੀ ਇਹਦੀ ਨਾ ਹੁਣ ਜਿਹੜੀ RC ਆ, ਜੇ ਆਪਾਂ ਨੇ ਅੱਗੇ ਨਾਮ ਕਰਾਉਣਾ ਤਾਂ ਰਿਨਿਊ ਕਰਾਉਣੀ ਪੈਣੀ ਆ। ਹਾਂਜੀ, RC ਨਹੀਂ ਰਿਨਿਊ ਹੋਈ ਹੋਈ, ਜਿਹੜਾ ਜਿਹੜੀ ਪਈ ਆਪਣੇ ਕੋਲ। ਹਾਂ, RC ਆਪਣੇ ਕੋਲ ਹੈਗੀ ਆ, ਆਧਾਰ ਕਾਰਡ ਵਗੈਰਾ ਸਾਰਾ ਉਹਦੇ ਪੇਪਰ ਮਿਲ ਜਾਣਗੇ ਆਪਾਂ ਨੂੰ। ਬਾਕੀ ਟਾਇਰ ਟੂਰ ਦਿਖਾ ਦਿਓ, ਟਾਇਰ ਵੀ ਹਾਲ ਦੇ ਵਿੱਚ ਨੇ, ਕਿਉਂਕਿ ਮੁਰਲੇ 80% ਪਏ ਨੇ, ਤੇ ਪਿਛਲੇ ਵੀ 60-65% ਟਾਇਰ ਹੈਗੇ ਨੇ। ਤੇ ਕਿੰਨੇ ਦਾ ਟਰੈਕਟਰ ਦੇਣਾ ਜੀ ਇਹ? ਵੀਰ ਜੀ ਆਪਾਂ 1.25 ਲੱਖ ਰੁਪਏ ਦਾ ਦੇ ਦਾਂਗੇ। 1.25 ਲੱਖ ਦਾ ਦੇ ਦਾਂਗੇ? ਹਾਂਜੀ, ਠੀਕ ਹੈ, ਠੀਕ ਹੈ ਜੀ। ਤੇ ਹਾਲੇ ਕੰਮ 855 ਖੜਾ ਜੀ, ਇਹਦੇ ਬਾਰੇ ਦੋ ਜਣ ਜਾਣਕਾਰੀ ਜੀ। ਹਾਂਜੀ, ਇਹ ਦੇਖ ਲਓ ਵੀਰ ਜੀ, 0 ਮੀਟਰ ਹੈ ਟਰੈਕਟਰ। 0 ਮੀਟਰ ਜੀ? ਹਾਂਜੀ, ਠੀਕ ਹੈ ਜੀ। ਤੇ ਮਾਡਲ ਕਿੰਨਾ ਜੀ ਇਹ? ਮਾਡਲ ਵੀਰ ਜੀ ਇਹ 21 ਹੈ। 21 ਮਾਡਲ ਆ? ਹਾਂਜੀ, 2021 ਮਾਡਲ ਆ ਜੀ, 10ਵੇਂ ਮਹੀਨੇ ਦੀ ਮੈਨੂਫੈਕਚਰਿੰਗ ਆ ਟਰੈਕਟਰ ਦੀ। ਠੀਕ ਹੈ, ਠੀਕ ਹੈ। ਹਾਂਜੀ, ਤੇ ਉਹ ਮਤਲਬ ਕਿ ਜਿਹੜਾ ਸਾਈਡ ਕਲੱਚ ਵਾਲਾ ਆਪਾਂ ਕਹਿ ਦਿੰਦੇ ਆ, ਹਾਂਜੀ ਹਾਂਜੀ, ਉਹ ਵਾਲਾ ਟਰੈਕਟਰ, ਉਹ ਵਾਲਾ ਟਰੈਕਟਰ ਜੀ ਮਾਡਲ ਆ। ਹਾਂਜੀ, 0 ਮੀਟਰ ਹੈ, ਹਾਈ ਸਪੀਡ ਦੇ ਵਿੱਚ ਆ ਆਪਣਾ, 3 ਸਪੀਡ ਦੇ ਵਿੱਚ, ਹਾਈ ਲੋ ਮੀਡੀਅਮ, 2021 ਮਾਡਲ 21 ਆ ਟਰੈਕਟਰ, ਹੈਗਾ 0 ਮੀਟਰ ਆ, ਤੁਸੀਂ ਚਾਹੇ ਮੀਟਰ ਤੇ ਦੇਖ ਸਕਦੇ ਹੋ। ਬਾਕੀ ਕਿੰਨੇ ਦਾ ਟਰੈਕਟਰ ਦੇਣਾ ਜੀ ਆਪਾਂ ਨੇ ਇਹ? ਵੀ ਜੀ ਆਪਾਂ 6,80,000 ਰੁਪਏ ਦਾ ਟਰੈਕਟਰ ਜਿਹੜਾ ਉਹ ਦੇ ਦੇਵਾਂਗੇ। 6,80,000 ਦੇਣਾ ਵੀ ਇਹ? 9 ਨੂੰ ਬੰਦੇ ਦੇ ਹੋਊਗੇ ਜੀ RC? ਬਿਲਕੁਲ ਜੀ ਬਿਲਕੁਲ, ਸਾਰਾ ਕੁਛ ਇਹਦਾ ਮਿਲੂਗਾ।
ਇਹ ਪਟਿਆਲਾ ਨੰਬਰ ਹੈ, ਆਰਸੀ ਬਣੀ ਹੋਈ ਆ। ਹਾਂਜੀ, ਆਪਾਂ ਅਗਲੇ ਨੂੰ ਸਾਰੇ ਪੇਪਰ ਪੂਰੇ ਕਰਕੇ ਦੇ ਦੇਣੇ ਨੇ ਤੇ ਆਪਣੇ ਨਾਮ ਬੰਦਾ ਕਰਵਾ ਸਕਦਾ। ਠੀਕ ਹੈ, ਠੀਕ। ਹਾਂਜੀ, ਬਗਰੀ ਚੰਗੀ ਤਰ੍ਹਾਂ ਲਿਖਾ ਦੇ ਤੇ ਵੀਰ ਜੀ। ਇਹ ਟਰੈਕਟਰ ਸੀ ਜਾਂ ਹੋਰ ਵੀ ਟਰੈਕਟਰ ਆਪਣੇ ਕੋਲ ਹੈਗੇ ਨੇ? ਜੀਰੋ ਮੀਟਰ ਦੇ ਵਿੱਚ ਨਾ, ਮਤਲਬ ਵੀ ਹੋਰ ਜਿਵੇਂ ਛੇ ਟਰੈਕਟਰ? ਉਹ ਵੀਰ ਜੀ ਹੁਣ ਅਜੇ ਟਰੈਕਟਰ ਆਉਣੇ ਨੇ ਆਪਣੇ ਹੋਰ, ਜਿਵੇਂ ਆਉਣਗੇ ਫਿਰ ਤਾਂ ਤੁਹਾਨੂੰ ਬੁਲਾ ਲਵਾਂਗੇ ਦੁਬਾਰਾ, ਆਪਾਂ ਫਿਰ ਵੀਡੀਓ ਬਣਾ ਲਵਾਂਗੇ। ਹਾਂਜੀ, ਸਹੀ ਗੱਲ ਹੈ। ਠੀਕ ਹੈ, ਆਪਣੇ ਕੰਟੈਕਟ ਨੰਬਰ ਵੀ ਬੋਲ ਦਿਓ ਬੜਾ ਜੀ। ਕੰਟੈਕਟ ਨੰਬਰ ਵੀਰ ਜੀ ਮੇਰਾ ਨੰਬਰ ਹੈਗਾ 94-693-2953। ਠੀਕ ਹੈ।